ਗੱਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਾਪਰਾ ਕਹਿਰ 92 ਲੋਕਾਂ ਦੀ ਹੋਈ ਇੱਥੇ ਇਸ ਕਾਰਨ ਇਕੱਠਿਆਂ ਮੌਤ 30 ਹੋਏ ਜ਼ਖਮੀ 60 ਸੋਗ ਦੀ ਲਹਿਰ ਸੋ ਜਾਣਾਂ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਵਾਪਰਨ ਵਾਲੀਆਂ ਕੁਦਰਤੀ ਆਫਤਾਂ ਤੇ ਅਚਾਨਕ ਵਾਪਰਨ ਵਾਲੇ ਹਾਥੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਰਹੇ ਨੇ ਹੁਣ ਇੱਥੇ ਕਹਿਰ ਵਾਪਰਿਆ ਜਿੱਥੇ 92 ਲੋਕਾਂ ਦੀ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਆ 30 ਲੋਕ ਜ਼ਖਮੀ ਹੋਏ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਦੁੱਖ ਭਰੀ ਖਬਰ ਆ ਅਫਰੀਕੀ ਦੇਸ਼ ਸਾਇਰਾ ਲਿਓਨ ਦੀ ਰਾਜਧਾਨੀ ਤੋਂ ਸਾਹਮਣੇ ਆਈ ਆ ਜਿੱਥੇ ਇੱਕ ਬਿਆਨਕ ਦਰਦਨਾਕ ਹਾਦਸਾ ਵਾਪਰਿਆ ਤੇਲ ਦੇ ਟੈਂਕਰ ਵਿੱਚ ਧਮਾਕਾ ਹੋਣ ਦੀ ਇੱਕ ਵੀਡੀਓ ਸਾਹਮਣੇ ਆਈ ਆ ਜਿੱਥੇ ਤੇਲ ਦੇ ਨਾਲ ਭਰੇ ਹੋਏ ਟੈਂਕਰ ਦੀ ਟੱਕਰ ਇੱਕ বাস ਨਾਲ ਹੋ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਤੇਲ ਦੇ ਟੈਂਕਰ ਵਿੱਚ ਧਮਾਕਾ ਹੋਣ ਦੇ ਕਾਰਨ ਇਸ ਹਾਦਸੇ ਕਾਰਨ ਅੱਗ ਦੀ ਲਪੇਟ ਚੋਂ ਆਉਣ ਕਾਰਨ 92 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ 30 ਦੇ ਕਰੀਬ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਉੱਥੇ ਹੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਇਹਨਾਂ ਲੋਕਾਂ ਦੇ ਕੱਪੜੇ ਤੱਕ ਸੜ ਗਏ ਨੇ ਇਹ ਗੰਭੀਰ ਜ਼ਖਮੀ ਨਗਨ ਹਾਲਤ ਦੇ ਵਿੱਚ ਸਟੈਚਰ ਉੱਪਰ ਪਾਏ ਗਏ ਨੇ ਤੇ ਦੱਸਿਆ ਗਿਆ ਹੈ ਕਿ ਕਨਾਰਟ ਹਸਪਤਾਲ ਦੇ ਮਰਦਾ ਘਰ ਵਿੱਚ ਵੀ 92 ਲਾਚਾਂ ਜੜੀਆਂ ਲੈ ਕੇ ਆਂਦੀਆਂ ਗਈਆਂ ਸੀ ਸੋ ਹੁਣ ਲੇਟੈਸਟ ਅਪਡੇਟਾਂ ਕਿ ਲਾਛਾਂ ਦੀ ਗਿਣਤੀ 110 ਤੋਂ ਉੱਪਰ ਹੋ ਚੁੱਕੀ ਹੈ ਜੀ ਹਸਪਤਾਲ ਦੇ ਸਟਾਫ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਆਂਦੇ ਗਏ 30 ਲੋਕਾਂ ਦੇ ਬਚਣ ਦੀ ਉਮੀਦ ਜਿਹੜੀ ਉਹ ਵੀ ਨਹੀਂ ਦੱਸੀ ਜਾ ਰਹੀ ਸੋ ਦੋਸਤੋ ਬਾਕੀਆਂ ਦਾ ਤਾਂ ਪਤਾ ਨਹੀਂ ਕੀ ਹੋਣਾ ਸੋ ਪਰ ਦਰਦਨਾਕ ਹਾਦਸਾ ਦਰਦਨਾਕ ਮੰਜ਼ਰ ਸੋ 90 ਜਿਹੜੇ ਮੌਕੇ ਤੇ ਮਰੇ ਸੀ 92 ਲੋਕ 10-12 ਦੀ ਮੌਤ ਬਾਅਦ ਚ ਹੋ ਗਈ ਆ 30 ਹਾਲੇ ਵੀ ਗੰਭੀਰ ਹਾਲਤ ਚ ਉਹ ਜਿਨ੍ਹਾਂ ਦੀ ਹਸਪਤਾਲ ਦੇ ਸਟਾਫ ਵੱਲੋਂ ਨਾ ਹੀ ਕਰ ਦਿੱਤੀ ਗਈ ਆ ਕਿ ਇਹਨਾਂ ਦਾ